ਜਿਹੜੇ ਭਗਵੰਤ ਮਾਨ ਜੀ ਕਦੀ ਖੜਕਲ ਚ ਕਲਾਂ ਜਾ ਕੇ ਸ਼ਹੀਦਾਂ ਦੀਆਂ ਸੌਵਾਂ ਚੁੱਕਦੇ ਸੀ ਅੱਜ ਉਹ ਸ਼ਹੀਦਾਂ ਨੂੰ ਭੁੱਲ ਗਏ ਮਾਈ ਭਾਗੋ ਜੀ ਨੂੰ ਵੀ ਭੁੱਲ ਗਏ ਸਿੱਖ ਪੰਥ ਦੀਆਂ ਕੁਰਬਾਨੀਆਂ ਨੂੰ ਭੁੱਲ ਗਏ ਤੇ ਪੰਜਾਬ ਦੀ ਝਾਂਕੀ ਦੇ ਅੰਦਰ ਕਹਿੰਦੇ ਨੇ ਪੰਜਾਬ ਦੀ ਝਾਂਕੀ ਤਾਂ ਜਾ ਸਕਦੀ ਆ ਜੇ ਅਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਦੀ ਫੋਟੋ ਲੱਗੇ ਗੁਲਾਮੀ ਦੇ ਜੰਜੀਰਾਂ ਚ ਵਾਪਸ ਬਨ ਕੇ ਲੈ ਆਂਦਾ ਪੰਜਾਬ ਨੂੰ ਇੰਨੀਆਂ ਲੜਾਈਆਂ ਲੜ ਕੇ ਪੰਜਾਬ ਆਜ਼ਾਦ ਹੋਇਆ ਸੀ ਦੇਸ਼ ਆਜ਼ਾਦ ਹੋਇਆ ਸੀ ભગવંત મહાનજી ਨੇ અરવિંદ કેજરીવાલ ਦੀਆਂ ગુલામી ਦੀਆਂ જंजीਰਾਂ ਦੇ ਅੰਦਰ ਪੰਜਾਬ ਨੂੰ ਬੰਨ੍ਹ ਕੇ ਲਿਆਤਾ ਦੱਸੋ ਤੁਸੀਂ ਕਦੀ ਸੋਚਿਆ ਸੀ ਇੱਕ ਮੁੱਖ ਮੰਤਰੀ ਕਹੂਗਾ ਕਿ ਮਾਈ ਭਾਗੋ ਜੀ ਦੀ ਫੋਟੋ ਲੱਗੇ ਨਾ ਲੱਗੇ ਸ਼ਹੀਦਾਂ ਦੀ ਸ਼ਹੀਦ ਪਗਲ ਸਿੰਘ ਦੀ ਫੋਟੋ ਲੱਗੇ ਨਾ ਲੱਗੇ ਪਰ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਦੀ ਫੋਟੋ ਚਾਂਗੀ ਤੇ ਜ਼ਰੂਰ ਲੱਗਣੀ ਚਾਹੀਦੀ ਹੈ ਜੇ ਨਹੀਂ ਚਾਂਗੀ ਤੇ ਲੱਗੂਗੀ ਅਸੀਂ ਪੰਜਾਬ ਦੀ ਚਾਂਕੀ ਨਹੀਂ ਭੇਜਾਂਗੇ ਦਿੱਲੀ ਇਹ ਹਾਲਾਤ ਨੇ ਪਰਸੋਂ ਝੂਠ ਬੋਲ ਬੋਲ ਕੇ ਬੇਈਮਾਨੀ ਕਰਕੇ ਤੇ ਪੰਥ ਦੇ ਨਾਮ ਤੇ ਸਿੱਖੀ ਦੇ ਨਾਮ ਤੇ ਦੇਸ਼ ਭਗਤਾਂ ਦੇ ਨਾਮ ਤੇ ਮਾਈ ਭਾਗੋ ਦੇ ਨਾਮ ਦੇ ਉੱਤੇ ਭਗਵੰਤ ਮਾਨ ਜੀਆ ਝੂਠੀਆਂ ਪ੍ਰੈਸ ਕਾਨਫਰੰਸਾਂ ਕਰ ਰਹੇ ਸੀ ਹੁਣ ਸੱਚ ਸਾਹਮਣੇ ਆ ਗਿਆ ਇਸੇ ਕਰਕੇ ਪ੍ਰੈਸ ਕਾਨਫਰੰਸ ਕਰ ਰਹੀ ਸੀ ਕਿਉਂਕਿ ਪਤਾ ਸੀ ਸੱਚ ਸਾਹਮਣੇ ਆਉਣਾ ਹੈ ਤੇ ਫੜੇ ਜਾਣਾ ਹੈ ਅੱਜ ਭਗਵੰਤ ਮਾਨ ਜੀ ਪੂਰਾ ਦੇਸ਼ ਧੜ ਤੋਂ ਸਾਹ ਪੁੱਛਦਾ ਹੈ ਇਹ ਸਿੱਖ ਪੰਥ ਧੜ ਤੋਂ ਪੁੱਛਦਾ ਹੈ ਕੇਸ ਕਰਕੇ ਤੁਸੀਂ ਪੰਜਾਬ ਦੇ ਅੰਦਰ ਆਪਣੀ ਝਾਂਕੀ ਔਰ ਅਰਵਿੰਦ ਕੇਜਰੀਵਾਲ ਦੀ ਝਾਂਕੀ ਤੇ ਫੋਟੋ ਲਾਉਣਾ ਚਾਹੁੰਦੇ ਜੀ ਕਿਉਂ ਤੁਸੀਂ ਮਾਈ ਭਾਗੋ ਦੀ ਫੋਟੋ ਹਟਾਉਣਾ ਚਾਹੁੰਦੇ ਜੀ ਕਿਉਂ ਸ਼ਹੀਦ ਭਗਤ ਸਿੰਘ ਦੀ ਫੋਟੋ ਹਟਾਉਣਾ ਚਾਹੁੰਦੇ ਜੀ ਤੁਹਾਨੂੰ ਜ਼ਰੂਰ ਆਉਣ ਵੇਲੇ ਸਮੇਂ 'ਚ ਸਾਰੀਆਂ ਗੱਲਾਂ ਦੇ ਜਵਾਬ ਦੇਣੇ ਪੈਣਗੇ